ਅਜਿਹੀ ਬਿਮਾਰੀ ਹੈ ਜਿਹੜੀ ਥਰੂ ਡਰੋਪਲੈਟ ਇੱਕ ਦੂਜੇ ਨੂੰ ਇਨਫੈਕਸ਼ਨ ਹੋ ਜਾਂਦੀ ਹੈ। ਠੀਕ ਹੈ, ਦੋ ਤਰ੍ਹਾਂ ਦੀ ਟੀਵੀ ਹੁੰਦੀ ਹੈ, ਪਲਮੀ ਟੀਵੀ ਅਤੇ ਐਕਸਟਰਾ ਪਲਮੀ ਟੀਵੀ। ਪਲਮੀ ਟੀਵੀ ਕਿਹੜੀ ਹੈ? ਜਿਹੜੀ ਫੇਫੜਿਆਂ ਨਾਲ ਰਿਲੇਟਡ ਕਰਦੀ ਹੈ, ਲੰਗਸ ਦੇ ਨਾਲ, ਔਰ ਉਹਨਾਂ ਦੇ ਆਪਾਂ ਪਲਮੀ ਟੀਵੀ, ਜੋ ਕਿ ਆਮ ਭਾਸ਼ਾ ਵਿੱਚ ਦੱਸਾਂਗੇ ਜਿਹੜੀ ਇੱਕ ਤੋਂ ਦੂਜੇ ਨੂੰ ਫੈਲਣ ਵਾਲੀ ਟੀਵੀ ਹੈ। ਕਿਉਂਕਿ ਆਪਾਂ ਸਾਹ ਲੈਂਦੇ ਹਾਂ, ਕਿਵੇਂ ਲੈਂਦੇ ਹਾਂ ਸਾਹ? ਆਪਾਂ ਲੰਗਸ ਦੇ ਨਾਲ ਲੈਂਦੇ ਹਾਂ ਨਾ, ਨੋਜ਼ ਦੇ ਦੁਆਰਾ, ਫੇਫੜਿਆਂ ਦੁਆਰਾ ਆਪਾਂ